ਸਤਿ ਸ਼੍ਰੀ ਅਕਾਲ ਜੀ ਜਸ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਬੋਲਦਾ ਪੰਜਾਬ ਬੇਰੋਜ਼ਗਾਰੀ ਦੇ ਉੱਤੇ ਕੀ ਬੋਲਦਾ ਹੈ ਲੋਕ ਸਭਾ ਚੋਣਾਂ ਸਿਰਤੇ ਨੇ ਤੇ ਸਿਆਸੀ ਆਗੂ ਨੌਜਵਾਨਾਂ ਦੇ ਨਾਲ ਵੱਡੇ ਵੱਡੇ ਵਾਅਦੇ ਵੀ ਕਰਨ ਦੇ ਲਈ ਤਿਆਰ ਨੇ ਦੇਸ਼ ਦੇ ਵਿੱਚ ਰੋਜ਼ਗਾਰ ਦੀ ਸਮੱਸਿਆ ਬਣੀ ਹੋਈ ਹੈ ਲਗਾਤਾਰ ਸਕੂਲਾਂ ਕਾਲਜਾਂ ਤੋਂ ਨੌਜਵਾਨ ਪੜ ਕੇ ਬੇਰੋਜ਼ਗਾਰੀ ਦੀ ਲਾਈਨ ਦੇ ਵਿੱਚ ਖੜੇ ਹੋ ਜਾਂਦੇ ਨੇ ਇਹ ਲਾਈਨ ਕਦੋਂ ਟੁੱਟੇਗੀ ਸਿਆਸੀ ਆਗੂ ਬੇਰੋਜ਼ਗਾਰੀ ਨੂੰ ਲੈ ਕੇ ਕਦੋਂ ਸੰਜੀਦਗੀ ਦਿਖਾਉਣਗੇ ਇਹ ਇੱਕ ਸੋਚਣ ਵਾਲੀ ਗੱਲ ਹੈ ਪੜ੍ਹ ਲਿਖ ਕੇ ਨੌਜਵਾਨਾਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਪੜ੍ਹ ਲਿਖ ਕੇ ਕਿਤੇ ਨਾ ਕਿਤੇ ਰੁਜ਼ਗਾਰ ਤੇ ਲੱਗਿਆ ਜਾਵੇ ਪਰ ਰੁਜ਼ਗਾਰ ਦੀ ਭਾਲ ਕੀਤੀ ਜਾਂਦੀ ਹੈ ਪੱਲੇ ਆਉਂਦੀ ਹੈ ਬੇਰੋਜ਼ਗਾਰੀ ਨੌਜਵਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੀ ਰੁਜ਼ਗਾਰ ਸਰਕਾਰਾਂ ਦੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਕਿੰਨੀ ਬੇਰੋਜ਼ਗਾਰੀ ਹੈਗੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਸੰਦੀਪ ਕੁਮਾਰ ਜੀ अच्छा संदीप लगातार सरकारा दावे ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਦੀਆਂ ਰੋਜ਼ਗਾਰ ਮਿਲਦਾ ਨਹੀਂ ਜੀ ਜਿਸ ਹਿਸਾਬ ਨਾਲ ਆਪਾਂ ਦੇਖਿਆ ਜਾਵੇ ਕਿ ਪੜ੍ਹ ਲਿਖ ਰਹੇ ਆ ਆਪਣੇ ਸਭ ਤੋਂ ਪਹਿਲਾਂ ਜਿਹੜੇ ਐਸਸੀ ਸਟੂਡੈਂਟ ਦੀ ਸਕਾਲਰਸ਼ਿਪ ਜਿਹੜੀ ਪੰਜਾਬ ਗਵਰਨਮੈਂਟ ਤੋਂ ਮਿਲੀ ਉਹ 4 ਸਾਲ ਤੋਂ ਮਿਲੀ ਨਹੀਂ ਉਹਨਾਂ ਦੇ ਜਿਹੜੇ ਡਾਕੂਮੈਂਟਸ ਆ ਕਾਲਜਾਂ ਵੱਲੋਂ ਦੱਬੇ ਗਏ ਆ ਦਿੱਤੇ ਨਹੀਂ ਜਾ ਰਹੇ ਕਿ ਉਹ ਦੇ ਹੀ ਨਹੀਂ ਰਹੇ ਕਿ ਤੇ ਸਾਨੂੰ ਜਦੋਂ ਤੱਕ ਤੁਹਾਡੇ ਮਤਲਬ ਕਿ ਸਕਾਲਰਸ਼ਿਪ ਰੀਸੀਵ ਨਹੀਂ ਹੁੰਦੀ ਅਸੀਂ ਤੁਹਾਡੇ ਡਾਕੂਮੈਂਟ ਨਹੀਂ ਦੇਵਾਂਗੇ ਜਿਹੜੇ ਉਹਨਾਂ ਦੀ ਪਹਿਲਾ ਗ੍ਰੈਜੂਏਸ਼ਨ ਦੇ ਲਾ ਲੋ ਜਾਂ ਪਲੱਸ 2 ਦੇ ਲਾ ਲੋ ਜਿਹੜੇ ਉਹਨਾਂ ਦੇ ਡਾਕੂਮੈਂਟ ਜਿਨ੍ਹਾਂ ਦੇ ਬੇਸ ਤੇ ਉਹਨਾਂ ਨੂੰ ਨੌਕਰੀ ਮਿਲਣੀ ਸੀ ਜਾਂ ਪ੍ਰਾਈਵੇਟ ਸੈਕਟਰ ਕਿਤੇ ਵੀ ਫੀਲਡ ਚ ਉਹਨਾਂ ਨੇ ਕੰਮ ਕਰਨਾ ਸੀ ਤੇ ਹੁਣ ਉਹਨਾਂ ਕੋਲ ਉਹ ਵੀ ਮਤਲਬ ਕਿ ਉਹਨਾਂ ਦਾ ਡਿਸਕਨੈਕਟ ਹੋ ਗਿਆ ਦੇ ਨਾਲ ਸਾਰਾ ਕੁਝ ਤੇ ਬਾਕੀ ਰੋਜ਼ਗਾਰ ਦੀ ਗੱਲ ਕਹਿੰਦੇ ਬਈ ਪ੍ਰਾਈਵੇਟ ਸੈਕਟਰ ਦੇ ਵਿੱਚ ਆਪਾਂ ਕਦੇ ਗੱਲ ਕਰ ਲਈਏ ਗਵਰਨਮੈਂਟ ਸੈਕਟਰ ਚ ਮਿਲਣਾ ਤਾਂ ਬਹੁਤ ਔਖੀ ਗੱਲ ਹੈ ਅੱਜਕੱਲ ਪ੍ਰਾਈਵੇਟ ਸੈਕਟਰ ਚ ਸੈਲਰੀ ਬਹੁਤ ਘੱਟ ਹੈ ਇੱਕ ਅਨਸਕਿਲਡ ਪਰਸਨ ਦੀ ਸੈਲਰੀ ਜੀ ਆਪਾਂ ਜਿਹਨੂੰ ਕਹਿੰਦੇ ਆ ਮਿਨਿਮਮ ਲਾਅ ਵੇਜ ਇਸ ਉਹ ਹੁੰਦੀ ਹੈ ਮਤਲਬ ਕਿ 8887 ਕੋਸ ਤੇ ਜਿਹੜੀ ਹਾਈਲੀ ਸਕਿਲਡ ਬੰਦੇ ਦੀ ਸੈਲਰੀ ਹੁੰਦੀ ਹੈ 979800 ਕੁਛ ਹੁੰਦੀ ਹੈ ਇੰਨਾ ਕੁਛ ਹੁੰਦਾ ਤੇ ਮਿਲਦੀ ਹੈ ਉਹਦੇ ਚੋ ਕਿਸੇ ਨੂੰ 6000 ਆ ਰਹੀ ਹੈ ਕਿਸੇ ਦੀ 7000 ਆ ਰਹੀ ਹੈ 26 26 ਦਿਨ ਘੰਟੇ 26 26 ਦਿਨ ਕੰਮ ਕਰਕੇ 9-9 ਘੰਟੇ 10-10 ਘੰਟੇ ਕੰਮ ਕਰ ਲਿਏ ਜੇ ਕੋਈ ਪਾਰਟ ਟਾਈਮ ਰਹਿ ਕੇ ਕੰਮ ਕਰ ਰਿਹਾ ਹੈ 4 ਘੰਟੇ ਦੀ ਉਹਦੀ ਹੁੰਦੀ ਹੈ ਬੰਦੇ ਦੀ ਕੰਮ ਕਰਨ ਦੀ ਲਿਮਟ ਵੀ ਪਾਰਟ ਟਾਈਮਰ 4 ਘੰਟੇ ਹੀ ਕੰਮ ਕਰੇਗਾ ਉਸ ਤੋਂ ਬਾਅਦ ਕੰਮ ਨਹੀਂ ਕਰੇਗਾ ਜੇ ਉਸ ਤੋਂ ਬਾਅਦ ਉਹ ਕੰਮ ਕਰਦਾ ਹੈ ਤਾਂ ਉਹਨੂੰ ਮਤਲਬ ਕਿ ਸੈਲਰੀ ਉਹਦੇ ਤੋਂ ਅਗੇਸਟ ਮਿਲਦੀ ਹੈ ਉਹ ਘੰਟੇ ਦੇ ਹਿਸਾਬ ਨਾਲ ਤੁਸੀਂ ਤੁਸੀਂ ਵਲਾ ਕੇ ਲੈ ਲੈਂਦੇ ਅੱਛਾ ਇਸ ਦੇ ਵਿੱਚ ਦੋਸ਼ੀ ਕਿਹਨੂੰ ਮੰਨਦੇ ਹੋ ਰੋਜ਼ਗਾਰ ਨਹੀਂ ਮਿਲਦਾ ਪੜ੍ਹਾਈ ਨਾਲ ਦੇ ਉੱਤੇ ਖਰਚਾ ਹੁੰਦਾ ਹੈ ਉਸ ਤੋਂ ਬਾਅਦ ਵੀ ਤੁਹਾਨੂੰ ਦਰਦਰ ਦੇ ਉੱਤੇ ਝਟਕਣਾ ਪੈਂਦਾ ਰੋਜ਼ਗਾਰ ਦੇ ਲਈ ਦੋਸ਼ੀ ਕੌਣ ਹੈ ਇਹਦੇ ਵਾਸਤੇ ਆਪਾਂ ਜੇ ਗੱਲ ਕਰੀਏ ਤਾਂ ਗਵਰਨਮੈਂਟ ਮੈਨੇਜਮੈਂਟ ਜ਼ਿੰਮੇਵਾਰ ਜ਼ਿਆਦਾ ਹੈ ਕਿਉਂਕਿ ਉਹਨਾਂ ਨੂੰ ਦੇਖਣਾ ਚਾਹੀਦਾ ਤੇ ਉਹਨਾਂ ਨੂੰ ਸੈਲਰੀ ਅਕੋਰਡਿੰਗ ਵੀ ਬੰਦਿਆਂ ਨੂੰ ਪਰਚੇਸ ਕਰਨੀ ਚਾਹੀਦੀ ਵੀ ਕਿੰਨੇ ਕਿ ਉਹਨਾਂ ਨੂੰ ਮਤਲਬ ਕਿ ਸੈਲਰੀ ਜਿੰਨੇ ਹਾਈ ਜੀ ਲੈਵਲ ਤੇ ਉਹ ਪੜੇ ਆ ਉਸ ਲੈਵਲ ਤੇ ਮਿਨੀਮਮ ਉਹਨਾਂ ਨੂੰ ਜੋਬ ਤੋਂ ਸਟਾਰਟਿੰਗ ਕਰਨੀ ਚਾਹੀਦੀ ਆ ਜੇ ਪ੍ਰਾਈਵੇਟ ਸੈਕਟਰ ਦੇ ਬੰਦਾ ਜੋਬ ਲੈਣ ਚਲੇ ਜੇ ਪੜਨ ਤੋਂ ਬਾਅਦ ਆਫਟਰ ਮਾਸਟਰ ਡਿਗਰੀ ਕੈ ਲੀਆ ਆਪਾਂ ਤਾਂ ਉਹਨੂੰ ਕਹਿੰਦੇ ਤੁਹਾਡੇ ਕੋਲ ਐਕਸਪੀਰੀਅੰਸ ਕੀ ਹੈ ਜੀ ਹੁਣ ਫਰੈਸ਼ਰ ਬੰਦਾ ਹੈ ਫਰੈਸ਼ਰ ਦੇ ਤੌਰ ਤੇ ਉਹਨੂੰ ਕੋਈ ਨਹੀਂ ਰੱਖਦਾ ਜੇ ਫਰੈਸ਼ਰ ਰੱਖਦੇ ਤਾਂ ਬੋਲ ਤੋਂ ਲੋ ਪੋਸਟ ਦੇ ਉੱਤੇ ਰੱਖਿਆ ਜਾਂਦਾ ਉਹ ਹੀ ਜੇ ਤੁਹਾਡੀ ਗੱਲ ਕਰ ਲਈਏ ਜੇ ਸੈਲਰੀ ਹੈ ਤਾਂ ਤਨਖਾਹ ਮਤਲਬ ਕਿ ਜੇ ਨੌਕਰੀ ਦੀ ਗੱਲ ਕਰ ਲਈ ਆਪਾਂ ਤਾਂ ਫਿਰ ਸੈਲਰੀ ਨਹੀਂ ਮਿਲਦੀ ਐ ਨਹੀਂ ਅੱਛਾ ਪਰ ਕੀ ਕਰਨ ਲੱਗ ਰਿਹਾ ਹੈ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਕੈਪਟਨ ਅਮਿਤ ਸਿੰਘ ਨੇ ਕਿਹਾ ਕਿ ਘਰ ਘਰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਨੌਜਵਾਨ ਰੋਜ਼ਗਾਰ ਦੇ ਉੱਤੇ ਲੱਗੇ ਨੇ ਤੁਹਾਨੂੰ ਰੋਜ਼ਗਾਰ ਉਸ ਘਰ ਘਰ ਰੋਜ਼ਗਾਰ ਦੇ ਤਹਿਤ ਕਿਉਂ ਨਹੀਂ ਮਿਲਿਆ ਉਹ ਜੀ ਆਪਾਂ ਕਹਿੰਦੇ ਇਹਨਾਂ ਨੇ ਪ੍ਰਾਈਵੇਟ ਸੈਕਟਰ ਦੇ ਫੀਲਡ ਦੇ ਵਿੱਚ ਆਪਣੇ ਮਤਲਬ ਕਿ ਜਿਨ੍ਹਾਂ ਨੇ ਫਾਰਮ ਭਰੇ ਸੀ ਤੇ ਉਹਨਾਂ ਨੂੰ ਆਉਣਾ ਪੈਂਦਾ ਸੀ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਬੰਦਾ ਉਹਨਾਂ ਦੇ ਛੱਡ ਕੇ ਉਹਨਾਂ ਨੂੰ ਵੋਇਡ ਕਰਕੇ ਬੰਦਾ ਖੁਦ ਉੱਥੇ ਆ ਸਕੇ ਨੌਕਰੀ ਲੈ ਸਕਦਾ ਹੈ ਈਵੇਂ ਕਿ ਹੰਦੇ ਸੀ ਉਹਨਾਂ ਨੇ ਰੋਜ਼ਗਾਰ ਮੇਲਾ ਲਾਇਆ ਸੀ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਵੱਲ ਧੱਕਿਆ ਜਿੱਥੇ ਸੈਲਰੀ ਹੈ ਨਹੀਂ ਉਸ ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ ਪਹਿਲਾਂ ਹੀ ਲੋਕ ਲੱਗੇ ਹੋਏ ਨੇ ਬਥੇਰੇ ਆਪ ਹੀ ਆ ਕੇ ਉਹਨਾਂ ਦੀ ਮਤਲਬ ਕਿ ਉਹਨਾਂ ਦੀ ਹੁੰਦੀ ਹੈ ਅਵੇਅਰਨੈਸ ਇੰਤੇ ਤੱਕ ਵੀ ਉਹ ਬੰਦਾ ਪਹੁੰਚ ਸਕਦਾ ਇੱਥੇ ਅੱਛਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਸੀ ਹਰ ਘਰ ਇੱਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਪਰ ਸਰਕਾਰੀ ਨੌਕਰੀ ਵੀ ਲਗਭਗ ਨਾ ਦੇ ਬਰਾਬਰ ਹੀ ਹੈ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਇਹਦੇ ਬਸ ਤਰੀਕਾ ਵੇਲ ਇੱਕ ਤਾਂ ਹੈ ਨਹੀਂ ਉਹਨਾਂ ਨੂੰ ਜਦੋਂ ਜੇ ਨੂੰ ਕੁਰਸੀ ਮਿਲ ਜੇ ਬਸ ਉਹਨਾਂ ਦਾ ਆਪਣਾ ਲਾਲਚ ਹੁੰਦਾ ਸੀ ਸਿੱਧੀ ਜੀ ਗੱਲ ਕਰੀਏ ਤਾਂ ਆਪਾਂ ਬਹੁਤ ਬਹੁਤ ਧੰਨਵਾਦ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਹੈ ਜੀ ਸੋਨੂ ਜਰਮਾ ਜੀ ਅੱਛਾ ਸੋਨੂ ਤੁਸੀਂ ਵੀ ਨੌਜਵਾਨ ਹੋ ਪੜ੍ਹ ਲਿਖ ਕੇ ਤੁਹਾਡਾ ਵੀ ਕੋਈ ਸੁਪਨਾ ਹੋਵੇਗਾ ਕਿ ਇਸ ਰੁਜ਼ਗਾਰ ਦੇ ਉੱਤੇ ਲੱਗਣਾ ਹੈ ਜਾਂ ਇਸ ਰੁਜ਼ਗਾਰ ਦੇ ਉੱਤੇ ਪਹੁੰਚਣਾ ਹੈ ਕਿ ਜੋ ਸੁਪਨਾ ਹੈ ਪੜ ਪੜਾਈ ਲਿਖਾਈ ਕਰਨ ਤੋਂ ਬਾਅਦ ਉਹ ਸੁਪਨਾ ਪੂਰਾ ਹੋਇਆ ਨਹੀਂ ਸਰ ਕੀ ਸੁਪਨਾ ਸੀ ਸੁਪਨਾ ਇਹ ਸੀਗਾ ਮੈਂ ਕੋਈ ਜੋਬ ਲੱਗਣਾ ਚਾਹੁੰਦਾ ਸੀ ਕੋਈ ਵੀ ਗਵਰਨਮੈਂਟ ਜੋਬ ਪਰ ਮੈਨੂੰ ਨਹੀਂ ਮਿਲੀ ਕਾਰਨ ਕਾਰਨ کئی ਥਾਂ ਤੇ ਜਾਣ ਦੇ باوجود ਵੀ ਕੋਈ ਸੁਣਵਾਈ ਨਹੀਂ ਮਿਲ ਲ ਕਿਸੇ ਨੇ ਮਤਲਬ ਕਿ ਸਪਾਰਸ ਜਪੋਰਸ਼ਾਂ ਦੇ ਹੋਰ ਹੀ ਪਹਿਲਾਂ ਲੱਗੇ ਹੋਏ ਸਨ ਪਰ ਸਰਕਾਰਾਂ ਦਾਅਵੇ ਕਰਦੀਆਂ ਨੇ ਹਰ ਵਾਰ ਚੋਣਾਂ ਦੇ ਵਿੱਚ ਦਾਵਾ ਕਰ ਦਿੱਤਾ ਜਾਂਦਾ ਹੈ ਕਿ ਰੋਜ਼ਗਾਰ ਦਿੱਤਾ ਜਾਵੇਗਾ ਨੌਜਵਾਨਾਂ ਨੂੰ ਬੇਰੋਜ਼ਗਾਰੀ ਪੱਤੇ ਦਿੱਤੇ ਜਾਣਗੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਸਰਕਾਰਾਂ ਕਰਦੀਆਂ ਨੇ ਕਿ ਉਹ ਵਾਅਦੇ ਤੁਹਾਡੇ ਤੱਕ ਨਹੀਂ ਪੁੱਜੇ ਵਾਦੇ ਇਹ ਸਭ ਵਾਦੇ ਝੂਠੇ ਨੇ ਜ਼ਰ ਐਸ ਦਾ ਕੋਈ ਵੀ ਮਤਲਬ ਹੈ ਨਹੀਂਗਾ। ਵੇਖਿਆ ਜਾਵੇ ਤਾਂ। ਅੱਛਾ ਪੰਜਾਬ ਸਰਕਾਰ ਦੇ ਵੱਲੋਂ ਵੀ ਕਰ-ਕਰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਰੋਜ਼ਗਾਰ ਮੇਲੇ ਲਗਾਏ। ਤੁਸੀਂ ਗਏ ਹੋ ਨਾ ਮੇਲਿਆਂ ਦੇ ਵਿੱਚ? ਮੇਲਿਆਂ ਤੇ ਗਏ ਤਾਂ ਸੀਗੇ ਪਰ ਇਹਨਾਂ ਨੇ ਕੋਈ ਉਹ ਜਿਹੀ ਮਤਲਬ ਗੱਲ ਨਹੀਂ ਹੈਗੀ ਜੀ। ਰੋਜ਼ਗਾਰ ਨਹੀਂ ਮਿਲਿਆ? ਨਹੀਂ ਮਿਲਿਆ ਸਰ। ਕਾਰਨ ਕੀ ਕਿਹਾ ਉਹਨਾਂ ਨੇ? ਕਾਰਨ ਇਹ ਤਾਂ ਆਪ ਪੁੱਛਿਆ ਨਹੀਂ ਕੀ ਉਹਨਾਂ ਤੋਂ। ਅੱਛਾ ਤੁਹਾਡੇ ਮੁਤਾਬਿਕ ਹੋਰ ਵੀ ਤੁਹਾਡੇ ਦੋਸਤੋ ਮਿੱਤਰ ਹੋਣਗੇ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਮਿਲ ਰਿਹਾ ਹੈ? ਬੇਰੋਜ਼ਗਾਰੀ ਹੈ ਪੰਜਾਬ ਦੇ ਵਿੱਚ ਅਸਲ ਮਹੀਨਾ ਦੇ ਵਿੱਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਜੀ ਹੱਲ ਕਰਨ ਦੇ ਲਈ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਹੈ ਜੇ ਹਰ ਘਰ ਚ ਇੱਕ ਨਾ ਇੱਕ ਜਾਂ ਦੋ ਜਣੇ ਨੂੰ ਹਰ ਘਰ ਦੇ ਵਿੱਚ ਜੋਬ ਮਿਲਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਨੌਜਵਾਨਾਂ ਦਾ ਇਹੋ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬੇਰੋਜ਼ਗਾਰੀ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਇਸ ਨੂੰ ਹੱਲ ਕਰਨਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਕਿਉਂਕਿ ਨੌਜਵਾਨਾਂ ਦੇ ਸੁਪਨੇ ਹੁੰਦੇ ਨੇ ਕਿ ਉਹ ਪੜ੍ਹ ਲਿਖ ਕੇ ਕਿਤੇ ਨਾ ਕਿਤੇ ਮੁਕਾਮ ਤੇ ਪੁੱਜੇ ਸੋ ਇੱਥੇ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਬੇਰੋਜ਼ਗਾਰੀ ਦੇ ਉੱਤੇ ਸਰਕਾਰਾਂ ਦੇ ਦਾਅਵੇ ਨੌਜਵਾਨਾਂ ਦੀ ਮੰਗ ਕਿੰਨੀ ਕੁ ਜਾਇਜ਼ ਹੈ ਬੇਰੋਜ਼ਗਾਰੀ ਕਿੰਨੀ ਇੱਕ ਜਾਇਜ਼ ਮੰਗ ਹੈ ਨੌਜਵਾਨਾਂ ਨੂੰ ਚੱਕੀ ਜਾਂਦੀ ਹੈ ਲਗਾਤਾਰ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਵੀ ਇਹ ਮੰਗ ਉੱਠਦੀ ਰਹਿੰਦੀ ਹੈ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਹਾਂ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬੇਰੋਜ਼ਗਾਰੀ ਕਿੰਨੀ ਫੈਲੀ ਹੋਈ ਹੈ ਤੇ ਕਾਰਨ ਕੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਹੈ ਜੀ ਹਰਕੀਰਤ ਸਿੰਘ ਵੀਰੇ ਅੱਛਾ ਹਰਕੀਰਤ ਹੁਣ ਚੋਣਾਂ ਦਾ ਵੇਲਾ ਵੀ ਹੈ ਤੇ ਇਸ ਤੋਂ ਪਹਿਲਾਂ ਪਹਿਲਾਂ ਵੀ ਜਦੋਂ ਵੀ ਚੋਣਾਂ ਹੁੰਦੀਆਂ ਨੇ ਤਾਂ ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਰਹਿੰਦਾ ਹੈ ਇਹ ਮੁੱਦਾ ਹੱਲ ਕਿਉਂ ਨਹੀਂ ਹੋ ਰਿਹਾ ਦੇਖੋ ਜੀ ਆਪਾਂ ਗੱਲ ਕਰਦੇ ਹਾਂ ਸਰਕਾਰ ਦੀ ਪਹਿਲੀ ਸਰਕਾਰ 52 ਦੀ ਸ਼ੁਰੂ ਕਰ ਲਈ ਜੇ ਆਪਾਂ ਆਪਸ ਸਿਆਸਤ ਪੜਦੇ ਰਹਿੰਨੇ ਆ ਉਦੋਂ ਤੋਂ ਲੈ ਕੇ ਪਹਿਲੇ 5 ਇਅਰ ਪਲਾਨ ਤੋਂ ਲੈ ਕੇ ਅੱਜ 12ਵਾਂ 5 ਇਅਰ ਪਲਾਨ ਚੱਲ ਰਿਹਾ ਬਈ ਸਰਕਾਰਾਂ ਦਾ ਅਨ ਇਮਪਲੋਇਮੈਂਟ ਹਰ ਵਾਰ ਇੱਕ ਇਸ਼ੂ ਰਹਿੰਦਾ ਏ ਬਈ ਅਨ ਇਮਪਲੋਇਮੈਂਟ ਆਪਣੀ ਸੋਚ ਦੀ ਵੀ ਰਹੀ ਆ ਸਰਕਾਰਾਂ ਦਾ ਰਹੇ ਹੀ ਆ ਆਪਾਂ ਸਰਕਾਰਾਂ ਨੂੰ ਤਾਂ ਨਿੱਲ ਮੰਨ ਕੇ ਚੱਲਦੇ ਆ ਸਾਰੇ ਹੀ ਮੰਨ ਕੇ ਚੱਲਦੇ ਆ ਇਸ ਵਾਰ ਇਲੈਕਸ਼ਨ ਚ ਵੀ ਵੋਟਾਂ ਵਿਕਣੀਆਂ ਸਭ ਕੁਝ ਹੋਣਾ ਆਪਾਂ ਇੰਟਰਸਟਿੰਗ ਮੇਰੇ ਹਿਸਾਬ ਨਾਲ ਬਈ ਯੂਵਾ ਪੀੜ੍ਹੀ ਅੱਜਕੱਲ ਵੋਟਾਂ 'ਚ ਇੰਟਰਸਟ ਰੱਖੋਗੇ ਨਹੀਂ ਦੂਜੀ ਗੱਲ ਬਈ ਯੂਨੀਵਰ ਤਾਂ ਬੇਰੋਜ਼ਗਾਰੀ ਬਾਈ ਓਨੀ ਬੇਰੋਜ਼ਗਾਰੀ ਨਹੀਂ ਹੈ ਜਿੰਨਾ ਰੌਲਾ ਆਇਆ ਬਾਈ ਕਿਉਂਕਿ ਸਾਰੇ ਨੌਜਵਾਨਾਂ ਚ ਮੈਂ ਦੇਖਿਆ ਜਿਨ੍ਹਾਂ ਚ ਪੋਟੈਂਸ਼ੀਅਲ ਜਮਾ ਹੈ ਨਹੀਂ ਪੋਟੈਂਸ਼ੀਅਲ ਨਹੀਂ ਕੀ ਸਭ ਤੋਂ ਵੱਧ ਉਹ ਰੌਲਾ ਪਾਉਂਦੇ ਨੇ ਵੀ ਬੇਰੋਜ਼ਗਾਰੀ ਬਹੁਤ ਆ ਬੇਰੋਜ਼ਗਾਰੀ ਲਈ ਸਭ ਤੋਂ ਮੂਰੇ ਉਹ ਹੋਣਗੇ ਥੋੜਾ ਜਿਹਾ ਐਫਰਟ ਸਾਨੂੰ ਵੀ ਕਰਨੇ ਪੈਣੇ ਜੇ ਪ੍ਰਾਈਵੇਟਾਈਜ਼ ਪ੍ਰਾਈਵੇਟਾਈਜ਼ੇਸ਼ਨ ਹੋਈ ਹੈ ਤਾਂ ਇਹਦੇ ਚ ਫਰਕ ਸਹੀ ਵੀ ਆ ਬਾਈ ਇੱਕ ਤਰ੍ਹਾਂ ਇਹ ਆਪਣੇ ਚ ਇਕਵੈਲਟੀ ਵੀ ਇਕਵੈਲਟੀ ਜਸਟਿਸ ਵੀ ਹੋ ਰਿਹਾ ਹੈ ਸਹੀ ਤਰ੍ਹਾਂ ਬਾਕੀ ਸਰਕਾਰਾਂ ਤੇ ਆਪਾਂ ਟਿੱਫਣੀ ਦਾ ਆਪਾਂ ਕਰ ਵੀ ਸਕਦੇ ਆ ਉਹਦਾ ਕੋਈ ਮਤਲਬ ਹੀ ਨਹੀਂ ਬਣਦਾ ਬਾਕੀ ਰੋਸ ਪ੍ਰੋਡਕਸ਼ਨ ਚੱਲਦੇ ਰਹਿੰਦੇ ਨੇ ਸਰਕਾਰਾਂ ਰੋਜ਼ਗਾਰ ਦੇਣ ਚ ਬੁਰੀ ਤਰ੍ਹਾਂ ਫੇਲ ਨੇ ਕਿਉਂਕਿ ਆਪਦੇ ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਆਪਦੇ ਲੀਡਰ ਹੀ ਇਦਾਂ ਦੇ ਨੇ ਬਈ ਹਰੇਕ ਆਪਾਂ ਗੱਲ ਕਰਦੇ ਆ ਇੱਕ ਜੇ ਆਪਾਂ ਇੱਕ ਰੇਪੀਸਟ ਨੂੰ ਦੇਖੀਏ ਇੱਕ ਰੋਵਰਰ ਨੂੰ ਦੇਖੀਏ ਬਹੁਤ ਗੰਦੀ ਨਿਗਾ ਨਾਲ ਦੇਖਦੇ ਆ ਆਪਾਂ ਆਪਣੀ ਨਾਰਮਲੀ ਗੱਲ ਆਪਦੇ ਗਵਾਨ ਚ ਕੋਈ ਰੇਪੀ ਸਟੌਂਗ ਆ ਕੋਈ ਥੀਫ ਹੋਊਗਾ ਕੋਈ ਚੋਰ ਹੋਊਗਾ ਬਹੁਤ ਗੰਦਾ ਲੱਗੂਗਾ ਆਪਣਾ ਤੇ ਨੇਤਾ ਮੈਨਾਂ ਨਹੀਂ ਲੈਣਾ ਸਾਰਿਆਂ ਨੂੰ ਪਤਾ ਆਪਣੇ ਨੇਤਾ ਤੇ ਕਿੰਨੇ ਕਿੰਨੇ ਚਾਰਜ ਜੀ ਚੱਲ ਰਹੇ ਆ ਲਗਾਤਾਰ ਚੱਲ ਰਹੇ ਠੋਕ ਕੇ ਕਹਿੰਦੇ ਨੇ ਵੀ ਚੱਲਦੇ ਆ ਚਾਰਜ ਕੀ ਕਰ ਲੋਂਗੇ ਤੁਸੀਂ ਮਤਲਬ ਆਪਾਂ ਉਹਨਾਂ ਤੋਂ ਰੋਜ਼ਗਾਰ ਦੀ ਮੰਗਦਾ ਕੀ ਕਰਨੀ ਆ ਪੰਜਾਬ ਸਰਕਾਰ ਲਾ ਲਓ ਇੰਡੀਆ ਦੀ ਸਰਕਾਰ ਲਾ ਲਓ ਆਪਾਂ ਵੇਰ ਸਿੱਧਾ ਦੌਰ ਆ ਰਿਹਾ ਜਦੋਂ ਵੀ ਚੋਣਾ ਆਉਂਦੀਆਂ ਨੇ ਇਹ ਚੋਣਾ ਤੋਂ ਪਹਿਲਾਂ ਸਰਕਾਰਾਂ ਦਾਅਵੇ ਕਰਦੀਆਂ ਨੇ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਹੋਈਆਂ ਕੈਪਟਨ ਰਵਿੰਦਰ ਸਿੰਘ ਨੇ ਘਰ ਘਰ ਰੋਜ਼ਗਾਰ ਦਾ ਦਾਵਾ ਕੀਤਾ ਉਸ ਰੋਜ਼ਗਾਰ ਦੇ ਵਿੱਚ ਗਏੋਂ ਕਦੀ ਬਿਲਕੁਲ ਨਿੱਲ ਵਾਦੇ ਆਪਾਂ ਨੂੰ ਕੋਈ ਵਾਦੇ ਤੋਂ ਆਸ ਹੀ ਨਹੀਂ ਸੀ ਮਤਲਬ ਉਹਨਾਂ ਨੇ ਪਹਿਲਾਂ ਤਾਂ ਆਪਾਂ ਉਲਝਦੇ ਸੀ ਨਾ ਵੀ ਉਹਨਾਂ ਨੇ ਵਾਦਾ ਕੀਤਾ ਹੈ ਤਾਂ ਆਪਾਂ ਸੋਚਾਂਗੇ ਵੀ ਉਹਨਾਂ ਨੇ ਵਾਦਾ ਕੀਤਾ ਹੈ ਤੇ ਵਾਦਾ ਖੈਦਰ ਨਿਭਾਉਣਗੇ ਵੀ ਮੈਂ ਤਾਂ ਕਹਿੰਦਾ ਹਰ ਇੱਕ ਮਾੜਾ ਤੇ ਮਾੜਾ ਇਨਸਾਨ ਵੀ ਆ ਗੱਲ ਮਾੜੀ-ਮੋਟੀ ਆਪਣੇ ਵਾਅਦੇ ਤੇ ਖੜ ਜੂਗਾ ਪਰ ਕੈਪਟਨ ਸਰਕਾਰ ਲਾ ਲਓ ਕੋਈ ਸਰਕਾਰ ਲਾ ਲਓ ਆਪਦੇ ਵਾਅਦੇ ਤੇ ਖੜੇ ਨਹੀਂ ਸਕਦੀ ਜੋ ਕਹਿਣਗੇ ਉਹ ਤਾਂ ਉਲਟੀ ਹੋਊਗਾ ਇਹ 100% ਸ਼ੋਰ ਆ ਗੱਲ ਕਾਰਨ ਕੀ ਮੰਨਦੇ ਹੋ ਬੇਰੋਜ਼ਗਾਰੀ ਦੇ ਕਾਰਨ ਕੀ ਨੇ ਕਿਉਂਕਿ ਸਰਕਾਰਾਂ ਤਾਂ ਕਹਿ ਦਿੰਦੀਆਂ ਨੇ ਕਿ ਹਰ ਵਾਰੀ ਅਸੀਂ ਰੋਜ਼ਗਾਰ ਦਿੰਦਾ ਹੈ ਪਰ ਅਸਲ ਮਾਇਨੇ ਦੇ ਵਿੱਚ ਫਿਰ ਜਿਹੜੇ ਨੌਜਵਾਨ ਨੇ ਪੜ੍ਹ ਲਿਖ ਕੇ ਉਸ ਤਰੀਏ ਬੇਰੋਜ਼ਗਾਰ ਘੁੰਮ ਰਹੇ ਨੇ ਕਾਰਨ ਕੀ ਮੰਨਦੇ ਹੋ ਸ਼ਾਇਦ ਕਾਰਨ ਜੋਬ ਓਰੀਐਂਟਿਡ ਪੜਾਈ ਆਪਣੀ ਨਹੀਂ ਰਹੀ ਨੀ ਔਰ ਐਜੂਕੇਸ਼ਨ ਲੈਵਲ ਉਹ ਨਹੀਂ ਹੈਗਾ ਉਹੀ ਤਿੱਦਾ ਪੜਾਈ ਜਾਣੀ ਹੈ ਇਤਿਹਾਸ ਨਾਲ ਛੇੜਛੜ ਕੇ ਹੀ ਜਾਣੀ ਉਹੀ ਚੀਜ਼ਾਂ ਨਾਲ ਆਪਣੇ ਨਾਲ ਉਹੀ ਚੀਜ਼ਾਂ ਪੜਾਈ ਜਾਣੀਆਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਸ਼ਾਇਦ ਮਤਲਬ ਹੀ ਨਾ ਪੜਾਈ ਵੀ ਆ ਪ੍ਰੈਕਟੀਕਲ ਵਰਕ ਤਾਂ ਅੱਜ ਵੀ ਕਰਦੇ ਨੇ ਜਿਹੜੇ ਪੜੇ ਲਿਖੇ ਨਹੀਂ ਹੈ ਕਿ ਮੇਰੇ ਫਾਦਰ ਸਾਹਿਬ ਪੜੇ ਲਿਖੇ ਨਹੀਂ ਜਿਵੇਂ ਉਹਦਾ ਅੱਜ ਵੀ ਮਕੈਨਿਕਲ ਮਕੈਨਿਕ ਆ ਉਹ ਕਰਦੇ ਨੇ ਆਪਣਾ ਕੰਮ ਲੇਬਰਰ ਵੀ ਆ ਯੂਨੀਵਰਸਿਟੀ ਦੇ EMPLOYE ਵੀ ਆਪਣਾ ਕੰਮ ਕਰਦੇ ਨੇ ਪਰ ਪੜਾਈ ਲਿਖਾਈ ਵਾਲੇ ਬੱਚੇ ਨੂੰ ਇੱਕ ਦਾ ਵਹਿਮ ਹੋ ਜਾਂਦਾ ਮੈਂ ਪੜਿਆ ਲਿਖਿਆ ਮੈਂ ਛੋਟਾ ਕੰਮ ਕਰੇ ਨਹੀਂ ਸਕਦਾ ਦੂਜਾ ਜਿਹੜੀ ਉਹਦੀ ਪੜਾਈ ਲਿਖਾਈ ਉਹ ਵੀ ਕਿਸੇ ਲੈਵਲ ਦੀ ਨਹੀਂ ਹੈਗੀ ਮਤ ਕਾਰਨ ਹੋ ਰਿਹਾ ਬੁਰੀ ਤਰ੍ਹਾਂ ਹੋ ਰਿਹਾ ਪੜ੍ਹਾਈ ਦਾ ਵੀ ਹੋ ਰਿਹਾ ਏ ਸਰਕਾਰਾਂ ਦੀ ਪੂਰੀ ਸਾਜ਼ਿਸ਼ ਹੈ ਵੀ ਮੈਨੂੰ ਇਹ ਵੀ ਗੱਲ ਦਾ ਮੈਂ ਛੋਟ ਹੀ ਨਾ ਤੁਹਾਡੇ ਚੈਨਲ ਤੇ ਕਹਿੰਦਾ ਵੀ ਸਰਕਾਰਾਂ ਸਲੇਵਸਾਂ ਚ ਵੀ ਚੇਂਜ ਤਾਂ ਹੀ ਲਿਆ ਰਹੀਆਂ ਵੀ ਆਪਦੀ ਸੋਚ ਸਾਡੀ ਸੋਚ ਨਾ ਵਸ ਸਕੇ ਕਦੇ ਸਾਡਾ ਐਸਾ ਸਿੱਖ ਸਟੂਡੈਂਟ ਮੈਂ ਕਹਿ ਸਕਦਾ ਸਾਡਾ ਇਤਿਹਾਸ ਇਹ ਨਹੀਂ ਕਦੇ ਅੱਗੇ ਆਇਆ ਗਿਆ ਅਸੀਂ ਇਸ ਤੋਂ ਪਹਿਲਾਂ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਰੋਜ਼ਗਾਰ ਮੁਹਈਆ ਕਰਵਾਇਆ ਜਾਂਦਾ ਸਰਕਾਰਾਂ ਦੇ ਵੱਲੋਂ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਰੋਜ਼ਗਾਰ ਦਿੱਤਾ ਜਾਂਦਾ ਜਿੱਥੇ ਮਿਹਨਤ ਦਾ ਮੁੱਲ ਨਹੀਂ ਪੈਂਦਾ ਮੰਨਦੇ ਹੋ ਬਿਲਕੁਲ ਪ੍ਰਾਈਵੇਟ ਸੈਕਟਰ ਚ ਮਿਹਨਤ ਦਾ ਮੁੱਲ ਨਹੀਂ ਪੈਂਦਾ ਇਹ ਗੱਲ ਬਿਲਕੁਲ ਜਾਇਜ਼ ਆ ਕਿਉਂਕਿ ਪ੍ਰਾਈਵੇਟ ਸੈਕਟਰ ਚ ਆਪਾਂ ਡਿਵਾਈਡ ਕਰ ਸਕਦੇ ਆ ਉਦੋਂ ਤੇ ਠੇਕੇਦਾਰ ਸਿਸਟਮ ਜਿਆਦਾ ਜਿਹੜਾ ਚੱਲ ਰਿਹਾ ਉੱਥੇ ਕਦੇ ਪੈ ਨਹੀਂ ਸਕਦਾ ਮੁੱਲ ਠੇਕੇਦਾਰ ਕਿਉਂਕਿ ਇੱਥੇ ਸਭ ਨੂੰ ਖਾਣ ਦੀ ਆਦਤ ਆ ਠੇਕੇਦਾਰ ਨੇ ਜਿਹੜੇ ਆਪਣੇ ਅੰਡਰ ਰੱਖਣੇ ਨੇ ਉਹ ਦੇਖ ਕੇ ਹੀ ਰੱਖੂਗਾ ਕਦੇ ਮਤਲਬ ਹੀ ਕੁਆਲਿਟੀ ਆ ਨਹੀਂ ਸਾਦੀ ਪ੍ਰਾਈਵੇਟਾਈਜੇਸ਼ਨ ਵਾਲੀ ਕੁਆਲਿਟੀ ਤੇ ਪ੍ਰਾਈਵੇਟਾਈਜੇਸ਼ਨ ਦੇ ਅਨਵਰਸ ਪ੍ਰੋਸੈਸਾ ਤੋਂ ਜੀ ਬਹੁਤ ਬਹੁਤ ਧੰਨਵਾਦ ਕੀ ਨਾਮ ਹੈ ਜੀ ਅਮਿੰਦਰ ਸਿੰਘ ਨਾਮ ਹੈ ਮੇਰਾ ਮਹਿੰਦਰ ਲਗਾਤਾਰ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਬੇਰੋਜ਼ਗਾਰੀ ਦੀ ਦਰ ਘਟ ਰਹੀ ਹੈ ਅਸੀਂ ਜਿਹੜੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ ਪਰ ਅਸਲ ਮਾਇਨੇ ਦੇ ਵਿੱਚ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਰੁਜ਼ਗਾਰ ਦੀ ਸਮੱਸਿਆ ਬਣੀ ਹੋਈ ਹੈ ਬਿਲਕੁਲ ਬਣੀ ਹੋਈ ਹੈ ਇਹ ਮੇਨ ਕਾਰਨ ਹੈ ਸਰਕਾਰਾਂ ਨੇ ਇਹ ਬੇਰੋਜ਼ਗਾਰੀ ਦਾ ਸਰਕਾਰੇ ਕਾਰਨ ਹੈ ਇਹਨਾਂ ਦਾ ਦੇਖੋ ਜੀ ਹੁਣ ਜਿਹੜਾ ਬੰਦਾ ਪਹਿਲਾਂ ਹੀ ਸਰਕਾਰੀ ਨੌਕਰੀ ਕਰਦਾ ਤੇ ਉਹਨਾਂ ਦੇ ਬੱਚਿਆਂ ਨੂੰ ਹੀ ਅੱਗੇ ਸਰਕਾਰੀ ਨੌਕਰੀਆਂ ਮਿਲਦੀਆਂ ਆਮ ਬੰਦੇ ਨੂੰ ਨੌਕਰੀ ਨਹੀਂ ਮਿਲਦੀ ਜਿੰਨਾ ਮਰਜ਼ੀ ਪੜ੍ਹ ਲਿਖ ਲੈ ਜੀ ਇਸ ਦੇ ਵਿੱਚ ਕਾਰਨ ਕੀ ਹੈ ਕਾਰਨ ਹੈਗਾ ਜੀ ਤਾਂ ਹੁਣ ਰਿਸ਼ਵਤਖੋਰੀ ਚੱਲਦੀ ਆ ਜੀ ਹਰੇਕ ਪਾਸੇ ਪੁਲਿਸ ਵਿੱਚ ਭਰਤੀ ਹੋਣਾ ਹਰੇਕ ਪਾਸੇ ਰਿਸ਼ਵਤਖੋਰੀ ਆ ਤੇ ਹੁਣ ਕੋਈ ਨਹੀਂ ਦੌੜ ਦੇਖਦਾ ਜੀ ਕੋਈ ਕੁਝ ਨਹੀਂ ਦੇਖਦਾ ਇੱਕ ਦੋ ਟੈਸਟ ਨੇ ਜੀ ਉਹ ਕਲੀਅਰ ਕਰ ਦੋ ਤੇ ਕੋਈ ਨਹੀਂ ਤੁਹਾਡੀ ਸਟੱਡੀ ਬਹੁਤੇ ਮੈਨੇ ਨਹੀਂ ਕਰਦੀ ਜਿੰਨਾ ਮਰਜ਼ੀ ਬੰਦਾ ਪੜ੍ਹ ਲਿਖ ਲੈ ਹੁਣ ਤਾਂ ਜੀ ਬਸ ਪੈਸੇ ਦੇ ਜ਼ੋਰ ਤੇ ਹੀ ਸਾਰੀਆਂ ਨੌਕਰੀਆਂ ਪੈਸੇ ਦੇ ਸਿਰ ਤੇ ਹੀ ਮਿਲਦੀਆਂ ਨੇ। ਅੱਛਾ ਨੌਜਵਾਨ ਇਹ ਵੀ ਕਹਿ ਰਹੇ ਨੇ ਕਿ ਜਿਹੜੀ ਐਜੂਕੇਸ਼ਨ ਹੈ ਉਸ ਦੇ ਵਿੱਚ ਵੀ ਸੁਧਾਰ ਕਰਨ ਦੀ ਜ਼ਰੂਰਤ ਹੈ। ਸਕਿੱਲ ਐਜੂਕੇਸ਼ਨ ਦੀ ਵੀ ਜ਼ਰੂਰਤ ਹੈ। ਤੁਸੀਂ ਮੰਨਦੇ ਹੋ? ਹਾਂਜੀ ਬਿਲਕੁਲ ਮੰਨਦੇ ਹਾਂ। ਹੁਣ ਪਿੱਛੇ ਹਿਸਟਰੀ ਨੇ ਕਿਤਾਬਾਂ ਛਾਪੀਆਂ ਸੀਗੀਆਂ ਜੀ ਆਪਣੇ ਪਟਿਆਲੇ ਯੂਨੀਵਰਸਿਟੀ ਤੋਂ ਤੇ ਇਹਨਾਂ ਨੇ ਹਿਸਟਰੀ ਵਿੱਚ ਬਹੁਤ ਚੇਂਜ ਕਰਤਾ ਜੀ। ਹਿਸਟਰੀ ਨੇ ਕਿਤਾਬਾਂ ਹਿਸਟਰੀ ਉਹ ਹੈ ਉਹ ਨਹੀਂ ਜੀ ਜਮਾਈ ਜਿਹੜੀ ਇਹਨਾਂ ਨੇ ਕਿਤਾਬਾਂ ਛਾਪੀਆਂ ਨੇ। ਤੇ ਪਿਛੇ ਲਿਖਾ ਸੁਧਾਉਣਾਂ ਦੀ ਵੀ ਮੁੱਦਾ ਉਠਾਇਆ ਸੀਗਾ ਇਹ ਇਹ ਕਿਤਾਬਾਂ ਨਹੀਂ ਚੇਂਜ ਹੋਈਆਂ ਜਿੱਦਾਂ ਹਿਸਟਰੀ ਉਹ ਬੱਚਿਆਂ ਨੂੰ ਗਲਤ ਪੜ੍ਹਾ ਰਹੇ ਨੇ ਜੀ ਇਹ ਪਿਛੇ ਕਿੱਥੇ ਸੁਧਾਰ ਹੋ ਜੂਗੀ ਸਟੱਡੀ 'ਚ ਅੱਛਾ ਰੁਜ਼ਗਾਰ ਦੀ ਗੱਲ ਕਰਦੇ ਆ ਲਗਾਤਾਰ ਸਰਕਾਰ ਕਹਿ ਰਹੀ ਹੈ ਕਿ ਰੁਜ਼ਗਾਰ ਦਿੱਤਾ ਜਾਵੇਗਾ ਘਰ ਘਰ ਨੌਕਰੀ ਦਾ ਵਾਅਦਾ ਵੀ ਕਰ ਦਿੱਤਾ ਜਾਂਦਾ ਹੈ ਆਪਣੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਜਾਂਦਾ ਹੈ ਪਰ ਅਸਲ ਮਾਇਨੇ ਦੇ ਵਿੱਚ ਜਦੋਂ ਇਲੈਕਸ਼ਨ ਹੋ ਜਾਂਦੇ ਨੇ ਸਰਕਾਰਾਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਬੇਰੋਜ਼ਗਾਰੀ ਫਿਰ ਤੋਂ ਇੱਕ ਮੁੱਦੇ ਦੇ ਤੌਰ ਤੇ ਉੱਭਰਦੀ ਰਹਿੰਦੀ ਹੈ ਪਰ ਹੱਲ ਨਹੀਂ ਹੁੰਦਾ ਇਹਦੇ ਪਿੱਛੇ ਕੀ ਕਾਰਨ ਹੈ ਸਹੀ ਗੱਲ ਹੈ ਇਹ ਸਰਕਾਰਾਂ ਕਰਦੀਆਂ ਵਾਅਦੇ ਤੋੜਨ ਲਈ ਇਹ ਸਰਕਾਰ ਹੁਣ ਕੈਪਟਨ ਸਰਕਾਰ ਲਾ ਲੋ ਜੀ ਇਹਨਾਂ ਨੇ ਵਾਅਦਾ ਕੀਤਾ ਸੀਗਾ ਜੀ ਹਰੇਕ ਕਿਸਾਨ ਦਾ ਕਰਜ਼ਾ ਮਾਫ਼ ਹੋਊਗਾ ਜੀ ਨੌਜਵਾਨਾਂ ਨੂੰ 스마트ਫੋਨ ਦਿੱਤੇ ਜਾਣਗੇ ਜੀ ਤੇ ਹੋਰ ਪਤਾ ਨਹੀਂ ਕੀ ਕੀ ਝੂਠੇ ਵਾਅਦੇ ਕੀਤੇ ਨੇ ਸਰਕਾਰ ਨੇ ਨੌਕਰੀਆਂ ਦਾ ਵੀ ਝੂਠਾ ਉਹ ਕੀਤਾ ਜੀ ਵੀ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਤੇ ਕੋਈ ਸਰਕਾਰਾਂ ਦਾ ਉਹ ਨਹੀਂ ਹੈਗਾ ਜੀ ਜੀ ਬਹੁਤ ਬਹੁਤ ਧੰਨਵਾਦ ਲਗਾਤਾਰ ਸਰਕਾਰਾਂ ਦੇ ਦਾਅਵੇ ਵਾਦੇ ਫੇਲ ਹੁੰਦੇ ਜਾ ਰਹੇ ਨੇ ਇੱਥੇ ਨੌਜਵਾਨਾਂ ਨਾਲ ਗੱਲ ਕੀਤੀ ਉਹਨਾਂ ਨੇ ਸਰਕਾਰ ਨੂੰ ਦੱਸਿਆ ਕਿ ਇਸ ਦੇ ਵਿੱਚ ਸਰਕਾਰ ਦਾ ਫੇਲੀਅਰ ਹੈ ਜਿਹੜੀ ਰੁਜ਼ਗਾਰ ਹੈ ਰੁਜ਼ਗਾਰ ਦੀ ਸਮੱਸਿਆ ਹੈ ਉਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੀ ਇਸ ਸਮੱਸਿਆ ਬਣੀ ਹੋਈ ਹੈ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਬੇਰੋਜ਼ਗਾਰੀ ਕਿੰਡੀ ਵੱਡੀ ਸਮੱਸਿਆ ਬਣਿਆ ਹੋਇਆ ਹੈ ਤੇ ਇਸ ਸਮੱਸਿਆ ਦੇ ਕੀ ਹੱਲ ਹੋਣੇ ਚਾਹੀਦੇ ਨੇ ਇਹੀ ਸਮੱਸਿਆ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕੁਝ ਹੋਰ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਹੈ ਜੀ ਗਗਨਦੀਪ ਸਿੰਘ ਅੱਛਾ ਗਗਨਦੀਪ ਲਗਾਤਾਰ ਜਦੋਂ ਵੀ ਚੋਣਾ ਹੁੰਦੀਆਂ ਨੇ ਚੋਣਾਂ ਤੋਂ ਬਾਅਦ ਚੋਣਾਂ ਤੋਂ ਪਹਿਲਾਂ ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਹੁੰਦਾ ਮੰਨਦੇ ਹੋ ਕਿ ਬੇਰੋਜ਼ਗਾਰੀ ਮੁੱਦਾ ਹੈ ਵੇਰੇ ਬੇਰੋਜ਼ਗਾਰੀ ਦੇ ਮਤਲਬ ਲੋਕਾਂ ਨੂੰ ਝਾਂਸਾ ਦੇ ਕੇ ਹੀ ਸਰਕਾਰਾਂ ਇਲੈਕਸ਼ਨ ਲੜਦੀਆਂ ਲੋਕਾਂ ਨੂੰ ਮਿੱਠੀ ਗੋਲੀ ਦੇ ਕੇ ਸਰਕਾਰਾਂ ਇਲੈਕਸ਼ਨ ਲੜਦੀਆਂ ਤੇ ਉਸ ਤੋਂ ਬਾਅਦ ਕੋਈ ਵੀ ਕਿਸੇ ਦੇ ਹਾਲਾਤ ਚਾ ਕੇ ਨਾਲ ਨਹੀਂ ਖੜਦਾ ਸਿਰਫ ਜਦੋਂ ਵੋਟਾਂ ਲੈ ਕੇ ਲੀਡਰ ਚੱਲ ਜਾਂਦੇ ਆ ਉਸ ਤੋਂ ਬਾਅਦ ਕੋਈ ਕਿਸੇ ਦਾ ਹਾਲ ਨਹੀਂ ਪੁੱਛਦਾ ਕਿ ਤੁਸੀਂ ਜਿਉਂਨੇ ਹੋ ਜਾਂ ਮਰਦੇ ਹੋ ਕਿਸ ਹਾਲ ਤੇ ਖੜੇ ਹੋ ਕਿਸ ਹਾਲ 'ਚ ਨਹੀਂ ਖੜੇ ਅੱਛਾ ਤੁਸੀਂ ਤੁਹਾਨੂੰ ਰੋਜ਼ਗਾਰ ਮਿਲਿਆ ਮੈਂ ਤਾਂ ਵੀਰੇ ਸਟੂਡੈਂਟ ਆ ਪਰ ਮੈਂ ਦੇਖਦਾ ਕਿ ਰੋਜ਼ਗਾਰ ਅੱਜਕੱਲ੍ਹ ਠੇਕੇਦਾਰੀ ਸਿਸਟਮ 'ਚ ਰਹਿ ਗਿਆ ਇੱਕ ਪੜਿਆ ਲਿਖਿਆ ਬੰਦਾ ਵੀ 10000 ਰੁਪਏ ਦੀ ਨੌਕਰੀ ਕਰ ਰਿਹਾ ਹੈ ਇੱਕ ਬਿਨਾ ਪੜਿਆ ਲਿਖਿਆ ਬੰਦਾ ਵੀ ਲੇਬਰ ਕਰਕੇ 10000 ਰੁਪਏ ਦੀ ਨੌਕਰੀ ਕਰ ਰਿਹਾ ਹੈ ਤਾਂ ਫਿਰ ਸਾਡੀਆਂ ਡਿਗਰੀਆਂ ਨੂੰ ਅੱਗ ਲਾ ਦਿੱਤੀ ਜਾਵੇ ਅਸੀਂ ਇਹ ਡਿਗਰੀਆਂ ਨੂੰ ਅੱਗ ਲਾ ਦਈਏ ਆਪਣੀਆਂ ਨੂੰ ਤੁਸੀਂ ਇਹ ਦੱਸੋ ਕਿ ਅਸੀਂ ਕਰਾਂਗੇ ਕੀ ਫਿਊਚਰ ਚ ਜਾ ਕੇ ਸਾਡੇ ਕੋਲ ਨੌਕਰੀ ਨਹੀਂ ਹੈਗੀ ਸਾਡੇ ਕੋਲ ਖੇਤੀਬਾੜੀ ਜੋਗੀ ਜ਼ਮੀਨ ਨਹੀਂ ਹੈਗੀ ਕੋਈ ਨਾਰਮਲ ਫੈਮਲੀਆ ਨੂੰ ਬਿਲੋਂਗ ਕਰਦੇ ਆ ਠੀਕ ਹੈ ਸਾਡੇ ਕੋਲ ਰਹਿ ਕੀ ਜਾਣਾ ਖੇਤੀਬਾੜੀ ਦੀ ਜ਼ਮੀਨਾਂ ਉਹ ਬੰਦਰ ਹੋ ਜਾਣਗੀਆਂ ਸਪਰੇਆਂ ਪਾ ਪਾ ਕੇ ਤੇ ਸਾਡੇ ਕੋਲ ਰਹਿ ਕੀ ਜਾਣਾ ਕੋਈ ਚਾਜ ਦਾ ਬੀਜ ਨਹੀਂ ਆਉਂਦਾ ਕੋਈ ਬੀਜ ਆਉਂਦਾ ਤਾਂ ਚਾਜ ਦੀਆਂ ਸਪਰੇਆਂ ਨਹੀਂ ਆਉਂਦੀਆਂ ਸਰਕਾਰਾਂ ਵੀਰੇ ਇੱਕ ਮੈਡੀਕਲ ਸਟੋਰ ਤੋਂ ਲੈ ਕੇ ਤੇ ਇੱਕ ਜਿਹੜਾ ਦਿਹਾੜੀਕਰਨ ਵਾਲਾ ਬੰਦਾ ਸਰਕਾਰ ਉਹਦੇ ਚੋਂ ਮੰਡਰੇਗਾ ਚੱਕ ਪੈਸੇ ਖਾਂਦੀ ਹੈ ਸਰਕਾਰ ਕੋਲੇ ਕੀ ਨਹੀਂ ਹੈਗਾ ਤੁਸੀਂ ਇਹ ਦੱਸੋ ਪਰ ਸਰਕਾਰਾਂ ਤਾਂ ਕਹਿ ਰਹੀਆਂ ਨੇ ਕਿ ਰੋਜ਼ਗਾਰ ਦਿੱਤਾ ਜਾਂਦਾ ਹੈ ਕੈਪਟਨ ਅਰਮਿਤਧਰ ਸਿੰਘ ਵੱਡੇ ਵੱਡੇ ਸਟੇਜਾਂ ਦੇ ਉੱਤੇ ਕਹਿ ਰਹੇ ਆ ਕਿ ਪੰਜਾਬ ਦੇ 80 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ বিজেপি ਸਰਕਾਰ ਦਾਵਾ ਕਰ ਰਹੀ ਹੈ ਲਗਾਤਾਰ ਰੋਜ਼ਗਾਰ ਦਿੱਤਾ ਪਰ ਉਸ ਤੋਂ ਬਾਅਦ ਵੀ ਰੋਜ਼ਗਾਰ ਅਸਲ ਮਾਇਨੇ ਦੇ ਵਿੱਚ ਤੁਹਾਡੇ ਤੱਕ ਕਿਉਂ ਨਹੀਂ ਪਹੁੰਚਿਆ ਰੋਜ਼ਗਾਰ ਵੀਰੇ বিজেপি ਸਰਕਾਰ ਕਿਸੇ বিজেপি ਸਰਕਾਰ ਦੀ ਲਾ ਲਓ ਉਹਨਾਂ ਨੇ ਕਿੰਨੇ ਵਾਅਦੇ ਕੀ 15 ਲੱਖ ਰੁਪਏ ਤੁਹਾਡੇ ਅਕਾਊਂਟ ਚ ਆਊਗਾ ਕਿਸੇ ਦੇ ਅਕਾਊਂਟ ਚ 15 ਰੁਪਏ ਵੀ ਆਏ 15 ਲੱਖ ਦੀ ਗੱਲ ਤਾਂ ਦੂਰ ਛੱਡੋ ਕਹਿੰਦੇ ਇੰਨੀਆਂ ਨੌਕਰੀਆਂ ਦੇਵਾਂ ਇੰਨੀ ਨੌਕਰੀਆਂ ਯਾਰ ਉਹ ਕੋਛ ਵੀ ਨਹੀਂ ਕਰ ਸਕਦੇ ਸਾਡੇ ਦੇਸ਼ ਦਾ ਸੁਧਾਰ ਉਹ ਨਹੀਂ ਕਰ ਸਕਦੇ ਉਹਨਾਂ ਨੂੰ ਤਾਂ ਆਪਣੇ ਘਰ ਭਰਨ ਤੋਂ ਵੇਲ ਨਹੀਂ ਇੱਕ ਪ੍ਰਧਾਨ ਮੰਤਰੀ 1.5 ਲੱਖ ਦਾ ਪੈਨ ਲੈ ਕੇ 1.5 ਕਰੋੜ ਦਾ ਸੂਟ ਪਾ ਕੇ ਯਾਰ ਕਿਸੇ ਦਾ ਕੀ ਸੁਧਾਰ ਕਰ ਦੂਗਾ ਕਿਸੇ ਨੂੰ ਕੀ ਉਹ ਆਪਦੇ ਘਰ ਚੋਂ ਦੇ ਦੇਣਗੇ ਉਹਨਾਂ ਦੇ ਤਾਂ ਆਪਦੇ ਪੁੱਤ ਪੋਤੇ ਹੀ ਨਹੀਂ ਹਲੇ ਕੁਰਸੀਆਂ ਛੱਡ ਰਹੇ ਤਾਂ ਉਹ ਸਾਨੂੰ ਕਿੱਥੋਂ ਅੱਗੇ ਆਉਣ ਦੇ ਦੇਣਗੇ ਅੱਛਾ ਤੁਹਾਡਾ ਕੋਈ ਦੋਸਤ ਮਿੱਤਰ ਹੈ ਜਾਂ ਕੋਈ ਸੰਬੰਧੀ ਹੋਵੇ ਜਿਹਨੂੰ ਇਸ ਘਰ ਘਰ ਰੁਜ਼ਗਾਰ ਸਕੀਮ ਤਹਿਤ ਜੋ ਪੰਜਾਬ ਸਰਕਾਰ ਨੇ ਚਲਾਈ ਹੈ ਰੁਜ਼ਗਾਰ ਦੇਣ ਵਾਸਤੇ ਪੰਜਾਬ ਦੇ ਲਈ ਮਿਲੀ ਹੋਵੇ ਨੌਕਰੀ ਫਿਰ ਜੋ ਵੀ ਇਹਨਾਂ ਦੇ ਅਫੈਕਟ ਹੋਣਗੇ ਉਹਦੇ ਤੇ ਗੱਲ ਹੋਊਗੀ ਕਿ ਹੁਣ ਕੀ ਪਤਾ ਦੇਣਗੇ ਜਾਂ ਨਹੀਂ ਦੇਣਗੇ ਕੀ ਪਤਾ ਦਿੱਤੀਆਂ ਵੀ ਹੁਣ ਪਰ ਸਾਡੇ ਸਰਕਲ ਚ ਤਾਂ ਕਿਸੇ ਨੂੰ ਨਹੀਂ ਦਿੱਤੀ ਪਰ ਚਲੋ ਫਿਰ ਵੀ ਕੈਪਟਨ ਸਰਕਾਰ ਕਿਤੇ ਨਾ ਕਿਤੇ ਅਵਵਾ ਦੂਜਿਆਂ ਤੋਂ ਵਧੀਆ ਆ ਥੋੜੀ ਠੀਕ ਆ ਕਿ ਇਹ ਐਟ ਲੀਸਟ ਧਰਮ ਦੀ ਰਾਜਨੀਤੀ ਤਾਂ ਨਹੀਂ ਕਰਦੇ ਸਾਡੇ ਦੇਸ਼ ਦੰਗੇ ਹੋਣ ਦਾ ਖਤਰਾ ਤਾਂ ਨਹੀਂ ਜੇ ਕਾਂਗਰਸ ਦੀ ਸਰਕਾਰ ਆਊਗੀ ਜਾਂ ਸਾਡੇ ਦੇਸ਼ ਨੂੰ ਰਾਮ ਮੰਦਰ ਦੇ ਨਾਮ ਤੇ ਕਿਸੇ ਮਸਜਿਦ ਦੇ ਨਾਮ ਤੇ ਤੋੜਿਆ ਤਾਂ ਨਹੀਂ ਜਾਊਗਾ ਸਾਡੇ ਦੇਸ਼ ਦੀ ਭਾਵਨਾਵਾਂ ਨੂੰ ਤਾਂ ਨਹੀਂ ਠੇਸ ਪਹੁੰਚੂਗੀ ਅੱਛਾ ਰੁਜ਼ਗਾਰ ਦੀ ਗੱਲ ਕਰ ਰਹੇ ਹਾਂ ਰੁਜ਼ਗਾਰ ਦੇਣ ਵਾਸਤੇ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਸੈਟਅਪ ਕਿਸ ਤਰ੍ਹਾਂ ਦੀ ਐਜੂਕੇਸ਼ਨ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਤਾਂ ਜੋ ਰੁਜ਼ਗਾਰ ਦੀ ਸਮੱਸਿਆ ਖਤਮ ਹੋ ਸਕੇ ਹਰ ਇੱਕ ਨੌਜਵਾਨ ਨੂੰ ਜੋ ਇਸ ਕਾਬਿਲ ਹੋ ਸਕੇ ਕਿ ਰੁਜ਼ਗਾਰ ਲੈ ਸਕੇ ਫਿਰ ਰੁਜ਼ਗਾਰ ਦੇਣ ਲਈ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਨੁਮਾਇੰਦੇ ਆ ਸਾਡੇ ਨੇਤਾ ਉਹ ਸਾਨੂੰ ਚੇਂਜ ਕਰਨੇ ਪੈਣਗੇ ਵੀ ਹੈਵ ਟੂ ਚੇਂਜ ਆਵਰ ਪੋਲਿਟੀਕਲ ਸਿਸਟਮ ਜਿੰਨਾ ਟਾਈਮ ਅਸੀਂ ਉਹ ਨਹੀਂ ਚੇਂਜ ਕਰਦੇ ਉਹਨੇ ਟਾਈਮ ਤਾਂ ਤੁਸੀਂ ਭੁੱਲ ਜਾਓ ਕਿ ਤੁਹਾਡੇ ਅਕਾਊਂਟ 'ਚ 15 ਲੱਖ ਕੀ 15 ਰੁਪਏ ਵੀ ਆਉਣਗੇ ਨਾ ਟਾਈਮ ਤੁਸੀਂ ਕੁਰਸੀ ਦੇ ਨਮਾਇंदे ਚੇਂਜ ਨਹੀਂ ਕਰੋਗੇ ਉਹਨਾ ਟਾਈਮ ਤੁਸੀਂ ਜਿੰਨਾ ਟਾਈਮ ਉੱਥੇ ਯੂਥ ਜਾ ਕੇ ਨਹੀਂ ਬੈਠੂਗਾ ਜਿਹੜਾ ਅੱਜ ਦੀ ਜਾਣ ਪਛਾਣ ਸਾਰਾ ਸਾਡੀਆਂ ਕੀ ਪ੍ਰੋਬਲਮਸ ਆ ਸਾਨੂੰ ਕਿੱਥੇ ਪ੍ਰੋਬਲਮਸ ਆਉਂਦੀਆਂ ਤੁਸੀਂ ਇੱਥੇ ਐਡਮਿਨ ਬਲੌਕ ਚੱਲ ਜਾਓ ਵੀਰੇ ਟੀਚਰ 40 40 50 50000 ਰੁਪਏ ਤਨਖਾਹ ਰਹਿੰਦੇ ਆ ਯੂਨੀਵਰਸਿਟੀ ਦੇ ਤੁਹਾਡੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ਕੀ ਉਹਨਾਂ ਦੀ ਡਿਊਟੀ ਨਹੀਂ ਕੀ ਤੁਹਾਡਾ ਰਿਜ਼ਲਟ ਕੱਢ ਕੇ ਦੇਣ 6 ਮਹੀਨੇ ਬਾਅਦ ਯੂਨੀਵਰਸਿਟੀ ਰਿਜ਼ਲਟ ਕੱਢਦੀ ਆ ਰੀਵੈਲਿਊਸ਼ਨ ਭਰ ਦੋ ਤੁਸੀਂ 6 ਮਹੀਨੇ ਅਗਲੇ ਸੈਮੈਸਟਰ ਦਾ ਰਿਜ਼ਲਟ ਆਉਂ ਮੇਰਾ ਕਲੀਅਰ ਨਾ ਹੋਵੇ ਹੋਵੇ 6000 ਰੁਪਏ ਯੂਨੀਵਰਸਿਟੀ ਨੇ ਲੈ ਲੈਣਾ ਕਿ ਯੂਨੀਵਰਸਿਟੀ ਦਾ ਫਾਇਦਾ ਨਹੀਂ ਇਹਦੇ ਚ ਸਾਡਾ ਨੁਕਸਾਨ ਨਹੀਂ ਕੀ ਮੰਗ ਕਰਦੇ ਹੋ ਕਿ ਜੋਤ ਸਮੱਸਿਆ ਤੁਸੀਂ ਦੱਸ ਰਹੇ ਹੋ ਕਿ ਇਸ ਲਈ ਸਰਕਾਰ ਨੂੰ ਕਿਸ ਤਰ੍ਹਾਂ ਦੀ ਪਹਿਲ ਕਦਮੀ ਕਰਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਜਿਵੇਂ ਕਿ ਰਾਹੁਲ ਗਾਂਧੀ ਸਰਕਾਰ ਦਾ ਨਵਾਂ ਮੈਨੀਫੈਸਟੋ ਆਇਆ ਹੈ ਕਿ ਉਹਨਾਂ ਨੇ ਕੁਝ ਮਤਲਬ ਰਿਜ਼ਰਵੇਸ਼ਨ ਰੱਖੀ ਹੈ ਕਿ ਲੇਡੀਜ਼ ਲਈ ਉਵੇਂ ਯੂਥ ਲਈ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਪੋਲਿਟਿਕਸ ਵਿੱਚ ਵੀ ਹਨਾ ਕੁਝ ਸੁਧਾਰ ਹੋਊਗਾ ਕਿਉਂਕਿ ਜਿਹੜਾ ਯੂਥ ਹੈ ਉਹ ਵੀਰੇ ਯੂਥ ਨੂੰ ਜਲਦੀ ਜਾਣੂਗਾ ਕਿ ਉਹਦੇਆਂ ਕੀ ਪ੍ਰੋਬਲਮਸ ਆਉਂਦੀਆਂ ਆ ਉਹਦੇ ਲਈ ਸਾਡੀ ਵੈਸੇ ਯਾਰ ਯੂਥ ਪੀੜੀ ਮੈਂ ਕਹਿਣਾ ਕਿ ਜੇ ਜੇ ਹਾਲਾਤ ਆ ਆਉਣ ਵਾਲੇ 50 ਸਾਲਾਂ ਚ ਪੰਜਾਬ ਦਾ ਨਾਮੋ ਨਿਸ਼ਾਨ ਮਿਟ ਜਾਣਾ ਪਰ ਕਾਰਨ ਕੀ ਮੰਨਦੇ ਹੋ ਕਿ ਯੂਥ ਨੂੰ ਕਿਸ ਤਰ੍ਹਾਂ ਪੋਲਿਟਿਕਸ ਦੇ ਵਿੱਚ ਰਾਜਨੀਤੀ ਦੇ ਵਿੱਚ ਉਤਾਰਿਆ ਜਾਵੇ ਕਿਸ ਤਰ੍ਹਾਂ ਦੀ ਪਲੈਨਿੰਗ ਯੂਥ ਦੀ ਵੀ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਜਿਹੜਾ ਇਹ ਰਾਜਨੀਤੀ ਦੇ ਵਿੱਚ ਉਤਰਿਆ ਜਾਵੇ ਹਾਲਾਂਕਿ ਬੇਰੋਜ਼ਗਾਰੀ ਸਮੱਸਿਆ ਬਣਿਆ ਹੋਇਆ ਹੈ ਪਹਿਲਾਂ ਇਹ ਹੱਲ ਕਰ ਲੈਣਾ ਚਾਹੀਦਾ ਸਰਕਾਰ ਨੂੰ ਸਰਕਾਰ ਤਾਂ ਕੁਝ ਕਰੂਗੀ ਨਹੀਂ ਤੁਸੀਂ ਭੁੱਲ ਜਿਓ ਕਿ ਤੁਸੀਂ ਤੁਸੀਂ ਚਾਹੇ ਆਪਣੇ ਮਾਮੇ ਨੂੰ ਵੀ ਮੰਤਰੀ ਬਣਾ ਕੇ ਭੇਜਿਆ ਤੁਹਾਡੇ ਲਈ ਉਹ ਵੀ ਕੁਝ ਨਹੀਂ ਕਰੂਗਾ ਤੁਸੀਂ ਯੂਥ ਯੂਥ ਪੋਲਿਟਿਕਸ ਚਾ ਸਕਦਾ ਤਿੰਨ ਚੀਜ਼ਾਂ ਨਾਲ ਪਹਿਲਾ ਹੈਗਾ ਨਕਸ਼ਾ ਦੂਜਾ ਹੈਗਾ ਅਧਿਆਨ ਤੇ ਤੀਜਾ ਹੈਗਾ ਧਾਰਨਾ ਪਹਿਲਾਂ ਤੁਹਾਨੂੰ ਨੋਲਿਜ ਲੈਣੀ ਪੈਣੀ ਆ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਪੈਣੀਆਂ ਤੁਹਾਨੂੰ ਭਗ ਸਿੰਘ ਵੀ ਪੜ੍ਹਨਾ ਪੈਣਾ ਹਨੂਚੰਦਰ ਸ਼ੇਖਰ ਆਜਾਦ ਨੂੰ ਵੀ ਪੜ੍ਹਨਾ ਪੈਣਾ ਹੈ ਤੁਹਾਨੂੰ ਮੰਟੋ ਨੂੰ ਵੀ ਪੜ੍ਹਨਾ ਪੈਣਾ ਹੈ ਤੁਹਾਨੂੰ ਲੈਨਿੰਗ ਨੂੰ ਵੀ ਪੜ੍ਹਨਾ ਪੈਣਾ ਹੈ ਕਿ ਜੇ ਤੁਸੀਂ ਰੈਵੋਲੂਸ਼ਨ ਚਾਹੁੰਦੇ ਹੋ ਯੂ ਵਾਂਟ ਸਮਥਿੰਗ ਕਿ ਤੁਸੀਂ ਕੁਝ ਚੇਂਜ ਕਰੋ ਤਾਂ ਤੁਸੀਂ ਕਿਸੇ ਗਰੀਬਾਂ ਦੇ ਨਾਲ ਜਾ ਕੇ ਬੈਠੋ ਤਾਂ ਤੁਸੀਂ ਗਰਾਊਂਡ ਲੈਵਲ ਤੋਂ ਹਾਲਾਤ ਜਾਣੋ ਅਧਿਆਨ ਕਰਨਾ ਪੈਣਾ ਤੁਹਾਨੂੰ ਧਾਰਨਾ ਬਣਾਉਣੀ ਪੈਣੀ ਹੈ ਮਨ 'ਚ ਕਿ ਯਾਰ ਹਾਂ ਮੈਨੂੰ ਉੱਠਣਾ ਚਾਹੀਦਾ ਤੇ ਮੇਰੇ ਵਰਗੇ ਬਹੁਤ ਜੇ ਮੈਂ ਉੱਠੂਗਾ ਕਨਈਆ ਕੁਮਾਰ ਉੱਠਿਆ ਤੇ ਕਨਈਆ ਕੁਮਾਰ ਦੇ ਨਾਲ ਬਹੁਤ ਸਾਰੇ ਕਨਈਆ ਕੁਮਾਰ ਉੱਠਣਗੇ ਕੱਲ ਉਹਨਾਂ ਨੇ ਟਿਕਟ ਆਪਣੀ ਚੋਣ ਮੈਂ ਆਪਣਾ ਚੋਣ ਪੱਤਰ ਭਰਿਆ ਤਾਂ ਬ ਚਲੋ ਵਧੀਆ ਹੈ ਨਾ ਕਿ ਯਾਰ ਯੂਥ ਆਊਗਾ ਕਿਤੇ ਨਾ ਕਿਤੇ ਤਾਂ ਕੁਝ ਚੇਂਜ ਹੋਊਗਾ ਪਰ ਬਹੁਤ ਵੱਡੀਆਂ ਗੱਲਾਂ ਭਗਤ ਸਿੰਘ 24 ਸਾਲ ਦਾ ਨੌਜਵਾਨ ਪਤਾ ਨਹੀਂ ਉਹਨੇ ਕਿੰਨੀਆਂ ਕਿਤਾਬਾਂ ਪੜ੍ਹੀਆਂ ਹੋਣਗੀਆਂ ਪਰ ਵੀਰੇ ਆਪਾਂ ਆਪ ਇੱਕ ਅਕਸਰ ਗਲਤ ਹੋਣਦੇ ਹਾਂ ਮੈਂ ਇਹ ਤੁਹਾਡੇ ਨਾਲ ਰਿਲੇਟਡ ਪੁਆਇੰਟ ਨਹੀਂ ਹੈਗਾ ਕਿ ਜੇ ਗਾਂਧੀ ਚਾਹੁੰਦੇ ਤਾਂ ਉਹ ਭਗਤ ਸਿੰਘ ਨੂੰ ਬਚਾ ਸਕਦੇ ਸੀ ਪਰ ਵੀਰੇ ਗਾਂਧੀ ਜੇ ਚਾਹੁੰਦੇ ਉਹ ਭਗਤ ਸਿੰਘ ਨੂੰ ਬਚਾ ਸਕਦੇ ਸੀ ਕਿ ਇੰਗਲੈਂਡ ਚਪਲੀ ਅਪੀਲ ਕਰਕੇ ਪਰ ਭਗਤ ਸਿੰਘ ਇੱਕ ਵੱਖਰੀ ਆਇਡੀਓਲੋਜੀ ਸੀ ਭਗਤ ਸਿੰਘ ਇੱਕ ਐਕਯੂ ਜੀ ਆਇਡੀਓਲੋਜੀ ਸੀ ਕਿ ਗਾਂਧੀ ਉਹਨੂੰ ਨਾ ਚਾਹੁੰਦੇ ਹੋਏ ਵੀ ਬਚਾ ਨਹੀਂ ਸਕਦੇ ਸੀ ਕਿ ਨਾਮ ਹੈ ਜੀ ਸੁ ਅਜਾ ਸੁਝਨ ਕੀ ਲੱਗ ਰਿਹਾ ਹੈ ਕਿ ਦੇਸ਼ ਦੇ ਵਿੱਚ ਰੋਜ਼ਗਾਰ ਦੀ ਸਮੱਸਿਆ ਬਣੀਆ ਬਣੀ ਹੋਈ ਹੈ ਲਗਾਤਾਰ ਹਰ ਇੱਕ ਪਾਰਟੀ ਰੋਜ਼ਗਾਰ ਨੂੰ ਲੈ ਕੇ ਲੋਕ ਸਭਾ ਚੋਣਾਂ ਤੱਕ ਪਹੁੰਚਣ ਦੀਆਂ ਤਿਆਰੀਆਂ ਦੇ ਵਿੱਚ ਹੈ ਜਿੱਤ ਦੀ ਤਿਆਰੀ ਦੇ ਵਿੱਚ ਹੈ ਕਿ ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਹਥਿਆਰ ਬਣਾ ਕੇ ਲੋਕ ਸਭਾ ਚੋਣਾਂ ਜਿੱਤੀਆਂ ਜਾਣ ਰੋਜ਼ਗਾਰ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਪੰਜਾਬ ਦੇ ਵਿੱਚ ਜ਼ਰੂਰ ਸੀ ਜ਼ਰੂਰ ਜੇ ਰੋਜ਼ਗਾਰ ਜਦਦਾ ਗੱਲ ਹੁੰਦੀ ਹੈ ਤਾਂ ਆਪਣੀ ਗੱਲ ਰੋਜ਼ਗਾਰ ਦੀ ਵੋਟਾਂ ਤੋਂ ਪਹਿਲਾਂ ਇਹ ਵੋਟਾਂ ਤੋਂ ਥੋੜਾ ਟਾਈਮ ਬਾਅਦ ਇਸ ਤੋਂ ਬਾਅਦ ਕੋਈ ਰੋਜ਼ਗਾਰ ਦੀ ਗੱਲ ਨਹੀਂ ਉਸ ਟਾਈਮ ਜਿੰਨੇ ਆ ਕਿ ਜਿਨ੍ਹਾਂ ਨੂੰ ਦੇਤੀਆਂ ਜਿਨ੍ਹਾਂ ਦੀ ਸਪਾਰਸ਼ ਲੱਗੀ ਹੋਰ ਲਟਰਮ ਬਟਰਮ ਬਾ ਇੱਥੇ ਤੱਕ ਤਾਂ ਰੋਜ਼ਗਾਰ ਦੀ ਗੱਲ ਹੈ ਉਸ ਤੋਂ ਬਾਅਦ ਕੋਈ ਰੋਜ਼ਗਾਰ ਦੀ ਗੱਲ ਹੀ ਨਹੀਂ ਹੁੰਦੀ ਜੀ ਅੱਛਾ ਲਗਾਤਾਰ ਸਰਕਾਰ ਤਾਂ ਕਹਿ ਰਹੀ ਹੈ ਰੋਜ਼ਗਾਰ ਦਿੱਤਾ ਜਾਂਦਾ ਹੈ ਨਵੇਂ-ਨਵੇਂ ਵਾਅਦੇ ਵੀ ਸਰਕਾਰ ਨੌਜਵਾਨਾਂ ਨਾਲ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਰਾਹੁਲ ਗਾਂਧੀ ਕਹਿ ਰਹੇ ਨੇ ਕਿ 22 ਲੱਖ ਅਹੁਦੇ ਅਜੇ ਵੀ ਖਾਲੀ ਨੇ 22 ਲੱਖ ਅਹੁਦੇ ਉਹਦੀ ਗੱਲ ਸਹੀ ਹੋਣੀ ਬਾਈ ਜੀ ਜ਼ਰੂਰ ਕਿਉਂਕਿ ਜਿਹੜੇ ਉਹਨਾਂ ਦੇ ਹੁਣ ਆਪਾਂ ਦੇਖਦੇ ਹਾਂ ਸਾਡੇ ਵਰਗੇ ਬੰਦਾ ਜਿਹੜਾ ਅਸੀਂ ਨਹੀਂ ਦੇਖਿਆ ਹਜੇ ਤੱਕ ਮੋਦੀ ਕੌਣ ਹੈ ਠੀਕ ਹੈ ਆਪਣਾ ਦੂਰੋਂ ਜਿਹੜੇ ਉਹਨਾਂ ਦੇ ਆਪਣੇ ਨੌਨ ਹੁੰਦੇ ਪਰਸਨ ਉਹਨਾਂ ਨਾਲ ਹੀ ਉਹਨਾਂ ਦੀ ਗੱਲ ਹੁੰਦੀ ਉਹਨਾਂ ਨੂੰ ਹੀ ਅੱਗੇ ਨੌਕਰੀਆਂ ਮਿਲ ਜਾਂਦੀਆਂ ਸਾਡੇ ਅਰਕਿਲ ਖਲਦਾ ਬਾਈ ਕਦੀ ਨਹੀਂ ਪਹੁੰਚਿਆ ਬਾਈ ਕੁਝ ਤੁਸੀਂ ਕੀ ਸਟੱਡੀ ਕਰ ਰਹੇ ਹੋ ਇੱਥੇ ਮੈਂ ਬੀਏ ਕਰ ਰਿਹਾ ਮੇਰੇ ਅੱਛਾ ਤੁਹਾਨੂੰ ਲੱਗ ਰਿਹਾ ਕਿ ਬੀਏ ਕਰਨ ਤੋਂ ਬਾਅਦ ਤੁਹਾਨੂੰ ਰੋਜ਼ਗਾਰ ਮਿਲ ਜਾਵੇਗਾ ਨਹੀਂ ਬਾਈ ਜੀ ਨਹੀਂ ਬਿਲਕੁਲ ਫਿਰ ਇਸ ਸਟੱਡੀ ਨੂੰ ਅੱਗੇ ਕਰਨ ਦਾ ਮਤਲਬ ਕੀ ਬਣ ਜਾਂਦਾ ਬਸ ਇੱਕ ਗ੍ਰੈਜੂਏਸ਼ਨ ਕਰ ਰਹੇ ਵੀ ਕੱਲ ਨੂੰ ਜੇ ਕੁਝ ਕਰਨਾ ਪੈ ਗਿਆ ਤਾਂ ਕਿੱਥੇ ਸਾਡੀ ਸਰਕਾਰ ਚੰਗੀ ਹੋਗੀ ਤਾਂ ਅਸੀਂ ਕੁਝ ਬਣ ਜਾਾਂਗੇ ਬਾਈ ਭੇਡ ਚਾਲ ਹੋਈਏ ਕਿਸਮ ਦੀ ਭੇਡ ਚਾਲ ਜ਼ਰੂਰ ਅੱਛਾ ਇਸ ਭੇੜਚਾਲ ਤੋਂ ਪਰੇ ਹਟ ਕੇ ਜੇਕਰ ਅਸੀਂ ਸਿਰਫ ਰੁਜ਼ਗਾਰ ਤੇ ਨਿਸ਼ਾਨਾ ਸਾਧਦੇ ਆ ਜਾਵੇ ਵੀ ਅਸੀਂ ਰੁਜ਼ਗਾਰ ਲੈਣਾ ਹੈ ਤਾਂ ਉਸ ਰੁਜ਼ਗਾਰ ਦੇ ਲਈ ਫਿਰ ਸਿੱਖਿਆ ਪ੍ਰਣਾਲੀ ਨੂੰ ਕਿਸ ਲਾਈਨ ਦੇ ਉੱਤੇ ਚਲਾਉਣਾ ਚਾਹੀਦਾ ਹੈ ਸਿੱਖਿਆ ਲਾਈਨ ਨੂੰ ਰੁਜ਼ਗਾਰ ਲਈ ਤਾਂ ਉਹਦੇ ਲਈ ਤਾਂ ਹੁਣ ਉਹਨਾਂ ਨੂੰ ਸਰਕਾਰ ਨੂੰ ਹੀ ਬਣਾਉਣਾ ਚਾਹੀਦਾ ਵੀ ਸਾਨੂੰ ਵੀ ਇੱਕ ਅੱਗੇ ਆਉਣ ਵਾਸਤੇ ਸਾਨੂੰ ਦੱਸਿਆ ਜਾਵੇ ਵੀ ਕਿੱਦਾਂ ਪੋਲੀਟੀਕਲ ਸਿਸਟਮ ਚੱਲਦਾ ਹੈ ਕਿੱਦਾਂ ਨਹੀਂ ਕਿਉਂਕਿ ਸਾਡੇ ਆਹ ਜਿਹੜੀ ਪੜਾਈ ਸਾਡੇ ਹੁਣ ਹੋ ਰਹੀ ਬੀਏ ਹੋ ਰਹੀ ਪਲੱਸ 2 ਹੋ ਰਹੀ ਇਹ ਸਫੀਸ਼ੀਐਂਟ ਨਹੀਂ ਸਾਨੂੰ ਅੱਗੇ ਆਉਣ ਵਾਸਤੇ ਇਥੇ ਤੱਕ ਹੀ ਰਹਿਣੀ ਜੀ ਇਹ ਜੀ ਬਹੁਤ ਬਹੁਤ ਧੰਨਵਾਦ ਦੇਸ਼ ਦੇ ਵਿੱਚ ਬੇਰੋਜ਼ਗਾਰੀ ਕਿੰਨੀ ਵੱਡੀ ਸਮੱਸਿਆ ਹੈ ਇਹ ਜਾਣਨ ਦੇ ਲਈ ਅਸੀਂ ਵੱਖ-ਵੱਖ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਸਾਰਿਆਂ ਨੌਜਵਾਨਾਂ ਨੇ ਇੱਕੋ ਗੱਲ ਜਿਹੜੀ ਇੱਕ ਹਾਮੀ ਭਰੀ ਹੈ ਉਹਨਾਂ ਦਾ ਇਹੋ ਕਹਿਣਾ ਹੈ ਕਿ ਬੇਰੋਜ਼ਗਾਰੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ ਤੇ ਇਸ ਦੇ ਹੱਲ ਦੇ ਲਈ ਸਰਕਾਰਾਂ ਨੂੰ ਹੰਬਲੇ ਮਾਰਨ ਦੀ ਜ਼ਰੂਰਤ ਹੈ ਸੋ ਅੱਜ ਦੇ ਪੰਜਾਬ ਬੋਲਤਾਂ ਦੇ ਵਿੱਚ ਬਸ ਇੰਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਉਦੇਵ ਜੀ ਅੱਗੇ ਆ ਧੰਨਵਾਦ